ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਬੀਬੀ ਜਗੀਰ ਕੌਰ ਖਾਲਸਾ ਦੀ ਸੁਖਬੀਰ ਬਾਦਲ ਦੀ ਸ਼ਰੋਮਣੀ ਅਕਾਲੀ ਦਲ ਦੀ ਮੈਂ ਸੁਖਬੀਰ ਨੂੰ ਕਹਾਂ ਕਿ ਕੱਲ ਵਾਲੀਆਂ ਮੈਂ ਤੁਹਾਡੀਆਂ ਵੀਡੀਓ ਵੇਖ ਕੇ ਟਿਆਂ ਨਾਲ ਬੀਬੀ ਜਗੀਰ ਕੌਰ ਖਾਲਸਾ ਕਹਿ ਰਹੀ ਸੀ ਕਿ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾ ਤੱਕ ਰੋਈ ਨਾਲ ਬੀਬਾ ਥੋੜਾ ਥੋੜਾ ਰੋ ਰਏ ਸੀ ਤਾਂ ਮੈਂ ਬੀਬਾ ਜੀ ਨੂੰ ਕਹਿਣਾ ਚਾਹਾਂਗਾ ਪਹਿਲਾ ਤੋਂ ਪਹਿਲਾਂ ਮੈਂ ਸੁਖਬੀਰ ਨੂੰ ਕਹਾਂ ਕਿ ਸੁਖਬੀਰ ਸਿਆ ਬੂੜਾ ਮਰ ਗਿਆ ਤੇ ਜਦੋਂ ਮਰਨ ਤੋਂ ਬਾਅਦ ਉਹਨੂੰ ਲੱਕੜਾਂ ਤੇ ਪਾਤਾ ਤੇ ਘਿਓ ਵਾਲਾ ਕੰਮ ਹੋ ਗਿਆ ਹੁਣ ਮੈਂ ਦੱਸਦਾ ਘਿਓ ਵਾਲਾ ਕਿਵੇਂ ਕੰਮ ਕਿਵੇਂ ਹੋਇਆ ਪਹਿਲਾਂ ਤਾਂ ਬੂੜਾ ਮਹੀਨੇ ਦੋ ਚੂਕਦਾ ਰਿਹਾ ਸਖਬੀਰ ਸਿਆ ਉਹ ਮੈਨੂੰ ਪਾਣੀ ਦੇ ਦੇ ਜਾਂ ਉਹਨੂੰ ਪਾਣੀ ਦੇ ਕੇ ਆਓ ਪਾਣੀ ਕਿਸੇ ਨੂੰ ਕਿਸੇ ਨੇ ਦਿੱਤਾ ਕਿਸੇ ਨੇ ਨਹੀਂ ਦਿੱਤਾ ਫੇਰ ਬੂੜਾ ਰੋਂਦਾ ਰਿਹਾ ਸਖਬੀਰ ਸਿਆ ਮੈਨੂੰ ਰੋਟੀ ਦੇ ਦੇ ਉਹ ਤਾਂ ਰੋਟੀ ਨਹੀਂ ਦਿੱਤੀ ਟਾਈਮ ਤੇ ਤੇ ਜਦੋਂ ਹੁਣ ਉਹ ਬੂੜੇ ਦੀ ਮੌਤ ਹੋ ਗਈ ਆ ਲਕੜਾਂ ਤੇ ਚਿਣਿਆ ਪਿਆ ਅੱਧਾ ਕਿਲੋ ਦਾ ਘਿਓ ਦਾ ਡੱਬਾ ਲੈ ਕੇ ਉਹ ਬੁੱਥੇ ਚ ਪਾਤਾ ਤੇ ਹੁਣ ਉਹ ਕਹਿੰਦਾ ਉਹ ਕਹਿੰਦਾ ਉੱਤੇ ਬੈਠਾ ਕਹਿੰਦਾ ਕਹਿੰਦਾ ਜੇ ਕਿਤੇ ਮੇਰੇ ਇਹੀ ਕਿਉ ਸੁਖਬੀਰ ਸਿਆ ਅੱਜ ਤਾ ਮੈਨੂੰ 2 ਮਹੀਨੇ ਪਹਿਲਾਂ ਖਵਾਇਆ ਹੁੰਦਾ ਤਾਂ ਅੱਜ ਮੈਂ 8-10 ਮਹੀਨੇ ਹੋਰ ਜੀ ਜਾਣਾ ਸੀ ਤਾਂ ਮੈਂ ਇਹੀ ਗੱਲ ਸੁਖਬੀਰ ਬਾਦਲ ਨੂੰ ਕਹੂੰਗਾ ਕਿ ਜਿਹੜਾ ਲਕੜਾਂ ਤੇ ਪਿਆ ਬੂੜਾ ਉਹ ਪੰਜਾਬ ਜੇਕਰ ਪੰਜਾਬ ਦੀ ਜਵਾਨੀ ਪਹਿਲਾਂ ਸਾਂਭੀ ਹੁੰਦੀ ਤੇ ਅੱਜ ਉਹਨੇ ਚਿਤਾ ਤੇ ਨਹੀਂ ਹੋਣਾ ਸੀ ਇਹ ਜਿਹੜੇ ਡਰਾਮੇ ਕਰੀ ਜਾਂਦੇ ਆ ਤੁਸੀਂ ਕਿ ਡਰਾਮੇ ਆ ਤੁਹਾਡੇ ਇਹ ਕਿ ਅੱਜ ਬੀਬੀ ਜ਼ਗੀਰਕੌਰ ਨੂੰ ਪਰੇ ਕਰ ਦੋ ਤੇ ਬੀਬੀ ਜ਼ਗੀਰਕੌਰ ਦੇ ਖਾਲਸਾ ਦੇ ਮੈਂ ਬਿਆਨ ਸੁਣੇ ਉਹਨਾਂ ਦਾ ਬਿਆਨ ਕੀ ਸੀ ਆਖੇ ਲਫਾਫੇ ਵਾਲਾ ਲਫਾਫੇ ਚੋਂ ਨਿਕਲਦਾ ਪ੍ਰਧਾਨ ਤੇ ਲਫਾਫੇ ਚੋਂ ਪ੍ਰਧਾਨ ਕੀ ਮਿਲਦੀ ਆ ਮੈਂ ਬੀਬੀ ਜ਼ਗੀਰਕੌਰ ਖਾਲਸਾ ਨੂੰ ਕਹਾਂ ਉਦੋਂ ਪਹਿਲਾਂ ਤੁਸੀਂ ਗੱਲਾਂ ਕਿਉਂ ਨਹੀਂ ਬੋਲੀਆਂ ਜਿਦਾਂ ਅੱਜ ਤੁਹਾਡੇ ਉਹਦਾ ਮੂੰਹ ਨੂੰ 70 ਰੁਪਈਆ ਵਾਲਾ ਜਿੰਦਰਾ ਲੱਗਿਆ ਸੀ ਤੇ ਉਹਦੀ ਜਿਹੜੀ ਚਾਬੀ ਸੀ ਉਹਦੀ ਕੁੰਜੀ ਸੀ ਇੰਗਲਿਸ਼ ਉਹਦੀ ਕੀ ਸੀ ਜਿਹੜੀ ਉਹ ਭਾਈ ਸਾਹਿਬ ਸੁਖਬੀਰ ਦੇ ਹੱਥ ਦੇ ਵਿੱਚ ਸੀ ਔਰ ਅੱਜ ਤੁਹਾਡੇ ਮੂੰਹ ਨੂੰ ਲੱਗਿਆ ਲੋ ਸੁਖਬੀਰ ਦੇ ਹੱਥ 'ਚ ਔਰ ਉਹਦੀ ਜੜੀ ਅਟਾ ਕੁੰਜੀ ਆ ਜੋ ਵੀ ਉਹਦੇ ਕੋਲੇ ਆ ਤੇ ਅੱਜ ਬੀਬਾ ਜ਼ਗੀਰ ਕੌਰ ਖਾਲਸਾ ਆ ਜਾਣੋ ਕੇ ਬੋਲੀ ਜਾਂਦੇ ਆ ਜੇਕਰ ਤੁਹਾਨੂੰ ਪੰਜਾਬ ਦਾ ਫਿਕਰ ਸੀ ਤਾਂ ਤੁਸੀਂ ਉਹਦਾ ਕਿਉਂ ਨਹੀਂ ਬੋਲੇ ਆਪ ਜੇ ਇਕੱਲਾ ਬੋਲਦੇ ਆ ਫਿਰ ਮੈਂ ਸੁਖਬੀਰ ਬਾਦਲ ਦੇ ਬਿਆਨ ਸੁਣੇ ਉਹਨਾਂ ਨੇ ਕੀ ਕਿਹਾ ਅ ਮੈਂ ਹੁਣੇ ਵੀਡੀਓ ਵੇਖ ਕੇ ਤੇ ਇਹ ਗੱਲ ਕਦੇ ਨਹੀਂ ਹੋ ਸਕਦੀ ਕਦੇ ਵੀ ਲਫਾਫਿਆਂ ਦੇ ਵਿੱਚੋਂ ਨਹੀਂ ਨਿਕਲੇ ਪ੍ਰਧਾਨ ਇਹ ਸਭ ਵਿਰੋਧੀ ਧਿਰ ਦੀਆਂ ਛੱਜਾਂ ਉਹ ਮੈਂ ਕਹਾਂ ਕਿਹੜੀ ਵਿਰੋਧੀ ਧਿਰ ਭਰਾ ਕੱਲ ਪਰਸੋਂ ਤੁਹਾਡੇ ਨਾਲ ਹੁੰਦੇ ਸੀ ਅੱਜ ਇਹ ਵਿਰੋਧੀ ਧਿਰ ਬਣ ਗਈ ਮੈਂ ਕਹਿਣਾ ਚਾਹੁੰਨਾ ਕਿ ਤੁਹਾਨੂੰ ਯਾਦ ਹੋਵੇ ਜਦੋਂ ਐਮਐਲਏ ਦੀਆਂ ਚੋਣਾਂ ਹੁੰਦੀਆਂ ਤੇ ਇੱਕ ਪਾਰਟੀ ਦੇ ਵਿੱਚ 20 ਤੋਂ 30 ਬੰਦੇ ਐਮਐਲਏ ਦੀ ਸੀਟ ਲੈਣ ਵਾਸਤੇ ਉਹ ਟਿਕਟ ਲੈਣ ਵਾਸਤੇ ਆਪਦਾ ਫਾਰਮ ਭਰਦੇ ਆ ਪਰ ਟਿਕਟ ਕਿਹਨੂੰ ਮਿਲਦੀ ਆ ਜਿਹਨੂੰ ਉਹ ਟਿਕਟ ਦੇਣੀ ਹੁੰਦੀ ਆ ਤਾਂ ਤੁਸੀਂ ਇਹ ਵੀ ਕਹਿੰਨੇ ਆ ਕਿ ਉੱਥੇ ਇਲੈਕਸ਼ਨ ਹੁੰਦੇ ਆ ਕਿਸੇ ਨੇ ਕਹਿ ਇਹ ਨਹੀਂ ਅਜੇ ਤੱਕ ਕੋਈ ਕਹਿ ਕੇ ਵੇਖ ਲੈ ਕੀ ਕਹਿ ਕੇ ਵੇਖ ਲੈ ਇਹ ਸਿਰਫ ਗੱਲਾਂ ਅੱਜ ਪੰਜਾਬ ਸੁਖਬੀਰ ਸਿੰਘ ਲਖਣਾ ਤੇ ਚਿਣਿਆ ਪਿਆ ਅੱਜ ਅਗਲੋਂ ਦੇ ਵੇਲੇ ਤੈਨੂੰ ਕਿਉਂ ਯਾਦ ਆ ਗਿਆ ਇਹ ਕੰਮ ਕਦੇ ਨਹੀਂ ਹੋ ਸਕਦਾ ਸਖਬੀਰ ਸਿੰਘਾਂ ਦੀ ਇੱਕ ਚਾਲ ਆ ਕਿ ਅੱਜ ਜਦੋਂ ਅਸੀਂ ਵੋਟਾਂ ਮੰਗਣ ਜਾਵਾਂਗੇ ਤਾਂ ਅਸੀਂ ਉਹ ਖਾਲਸਾ ਜੀ ਅ ਕੋ ਕਹਿਣਗੇ ਜੀ ਆਹ ਕੰਮ ਨਹੀਂ ਵੇਖੋ ਜੇਕਰ ਉਹਨਾਂ ਨੇ ਗਲਤ ਕੀਤਾ ਅਸੀਂ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਇਹ ਗੱਲ ਯਾਦ ਰੱਖ ਲੋ ਇਹ ਗੱਲ ਤੁਸੀਂ ਕਹਿਣੀਆ ਤੁਹਾਡੇ ਵਿਅਕਤੀਆਂ ਨੇ ਕਹਿਣੀਆ ਤੇ ਮੈਂ ਅੱਜ ਘੱਟ ਗੱਲ ਯਾਦ ਕਰਾ ਦੇਵਾਂ ਉਹ ਵੇਲਾ ਯਾਦ ਕਰੋ ਜਦੋਂ ਬੁੜਾਵਾਜਾ ਮਾਰਦਾ ਸੀ ਕਿ ਸਖਬੀਰ ਸਿੰਘਾਂ ਸਾਨੂੰ ਐਮਐਸਪੀ ਚਾਹੀਦੀ ਆ ਤੇ ਤੁਸੀਂ ਡਾਂਗਾ ਮਰਵਾਇਆ ਲੋਕਾਂ ਦੇ ਉਹ ਗੱਲ ਯਾਦ ਕਰੋ ਜਦੋਂ ਬੁਢਾ ਰੋਂਦਾ ਸੀ ਤੇ ਮਜ਼ਦੂਰ ਤੁਹਾਨੂੰ ਕਹਿੰਦੇ ਸੀ ਕਿ ਸਾਨੂੰ ਕੁਝ ਮਿਲ ਨਹੀਂ ਰਿਹਾ ਤੁਸੀਂ ਮਜ਼ਦੂਰਾਂ ਨੂੰ ਬੁਢੇ ਨੂੰ ਇੱਕ ਦੇ ਕੇ ਤੂੜੀ ਵਾਲਾ ਕੋਠਾ ਤੁਸੀਂ ਵਿਰਾਸ ਛੱਡਿਆ ਉਸੇ ਤਰ੍ਹਾਂ ਉਦਾਹਰਨ ਦੇ ਰਿਹਾ ਹੁਣ ਸੁਣੀ ਚੱਲੇ ਜੇ ਬੁਢਾ ਅੱਜ ਪੰਜਾਬ ਆ ਤੁਸੀਂ ਪੰਜਾਬ ਦੇ ਲੋਕ ਜਿਹੜਾ ਗਰੀਬ ਤਬਕਾ ਸੀ ਚਾਹੇ ਉਹ ਐਸਸੀ ਬੀਸੀ ਜਰਨਲ ਕੋਈ ਸੀ ਉਹਨਾਂ ਨੂੰ ਤੁਸੀਂ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਤੁਹਾਡੇ ਫਾਦਰ ਸਾਹਿਬ ਨੇ ਪਾਸ ਕਰਾਇਆ ਤਾਂ ਕਿ ਨੌਮੀ ਚ ਜਾ ਕੇ ਨਰੀਆਂ ਬ੍ਰੇਕਾਂ ਲੱਗਣ ਤੇ ਇਹ ਸਾਡੇ ਲੋਕ ਤਰੱਕੀ ਨਾ ਕਰ ਸਕਣ ਉਹਨਾਂ ਦਾ ਜਿਹੜੇ ਬੱਚਿਆਂ ਦੇ ਮਾਪੇ ਬਣੂ ਤੁਸੀਂ ਕਮਰਿਆਂ ਤੇ ਆਟਾ ਰਾਛਨ ਦਾਲ ਚੱਲ ਜਾ ਰਹੇ ਸਕਬੀਰ ਸਿਆ ਅੱਜ ਪੰਜਾਬ ਦੇ ਪੱਲੇ ਕੱਖ ਨਹੀਂ ਗਾ ਅੱਜ ਤਾਂ ਸਿਰਫ ਅੱਗ ਲਾਉਣੀ ਆ ਉਹ ਭਲਾ ਤੂੰ ਲਾ ਦੇ ਭਲਾ ਕਿਸੇ ਹੋਰ ਤੋਂ ਲਵਾ ਦੇ ਅੱਜ ਪੰਜਾਬ ਦੇ ਪੱਲੇ ਕੱਖ ਨਹੀਂ ਗਾ ਮੈਂ ਗੱਲਾਂ ਇੱਥੇ ਉਹ ਕਰਨੀਆਂ ਚਾਹੁੰਦਾ ਕਿ ਪੰਜਾਬ ਦੇ ਲੋਕੋ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ ਦਾ ਜੇ ਇਹਨਾਂ ਨੂੰ ਫਿਕਰ ਸੀ ਆਪਦੇ ਘਰ ਦਾ ਸੀ ਤਾਂ ਇਹਨਾਂ ਨੇ ਆਪਦੇ ਘਰ ਚੰਗੇ ਪਾਏ ਆ ਫਿਕਰ ਸੀ ਤਾਂ ਆਪਦੀਆਂ ਬੱਸਾਂ ਚਲਾਈਆਂ ਫਿਕਰ ਸੀ ਤਾਂ ਆਪਦੀਆਂ ਨਵਾਂ ਨੂੰ ਆਪਦੀ ਵਾਈਫ ਨੂੰ ਇਹਨਾਂ ਨੇ ਮੰਤਰੀ ਬਣਾਇਆ ਔਰ ਜੇ ਇਹਨਾਂ ਨੂੰ ਫਿਕਰ ਸੀ ਤਾਂ ਇਹਨੇ ਸਖਬੀਰ ਸਿੰਘ ਨੇ ਵਿਕਰਮਜੀਤ ਨੂੰ ਮਜੀਠੀਆ ਨੂੰ ਵੀ ਮੰਤਰੀ ਬਣਾਇਆ ਇਹ ਕਿਹੜੀਆਂ ਗੱਲਾਂ ਕਰ ਰਹੇ ਆ ਪੰਜਾਬ ਦੇ ਵਿੱਚ ਜਦੋਂ ਕਿਸੇ ਦੇ ਨਾਲ ਧੱਕਾ ਹੁੰਦਾ ਸੀ ਤੁਹਾਡੇ ਜਿਹੜੇ ਲੀਡਰ ਨੀ ਲੀਆਂ ਪੱਕਾ ਬਣ ਕੇ ਥਾਣਿਆਂ ਦੇ ਵਿੱਚ ਜਾਂਦੇ ਸੀ ਤੇ ਕਿਸੇ ਗਰੀਬ ਦੇ ਨਾਲ ਧੱਕਾ ਹੋਣਾ ਤੇ ਉਹਨਾਂ ਨੂੰ ਜਾ ਕੇ ਗੱਲ ਕੌਣ ਸੁਣਾਉਂਦਾ ਸੀ ਤੁਹਾਡਾ ਲੀਡਰ ਜਾਂਦਾ ਸੀ ਜਦੋਂ ਪਹਿਲਾਂ ਕੀ ਸੀ ਕੰਮ ਕਿ ਜਦੋਂ ਕੋਈ ਮਿੰਤ ਕਰਨ ਜਦੋਂ ਥਾਣੇ 'ਚ ਕੋਈ ਕੰਮ ਹੋਵੇ ਨਾ ਕੋਈ ਥਾਣੇ ਨਹੀਂ ਜਾਂਦਾ ਸੀ ਤੁਹਾਡੇ ਲੀਡਰ ਕੋਲ ਆਉਂਦਾ ਸੀ ਡਰਦਾ ਕੋਈ ਪੰਗਾ ਨਹੀਂ ਲੈਂਦਾ ਸੀ ਹਰੇਕਾ ਤੁਸੀਂ ਕੰਮ ਚਲਾਇਆ दारू ਦੇ ਵਿੱਚ ਜਿਹੜੀ दारू ਦਾ ਜਿਹੜਾ ਕਹ ਲੋ ਪੌਵਾ ਪੌਗਾ ਜੀ ਨੂੰ ਕੰਨੇ ਦੀਆ ਕੰਨੇ ਆ ਉਹਦੇ ਤੇ ਐਮਐਸਪੀ ਕਿ ਉਹ ਤੇ ਜਿਹੜਾ ਐਮਆਰ ਰੇਟ ਹੁੰਦਾ ਸੀਗਾ ਜਿਹੜਾ ਉਹ ਤੇ ਰੇਟ ਕਿੰਨਾ ਹੁੰਦਾ ਸੀਗਾ ਉਹ ਤੇ ਰੇਟ ਉਹਨਾਂ ਦੀ 60 ਰੁਪਏ ਆ 40 ਰੁਪਏ ਤੇ ਵੇਖਦਾ ਕਿੰਨੇ ਦਾ ਸੀ 60 ਰੁਪਈਆ ਦਾ ਬੋਤਲ ਤੇ ਕਿੰਨਾ ਹੁੰਦਾ ਸੀ ਤੇ ਤੁਸੀਂ 30 ਰੁਪਏ ਵਾਧ ਲੈ ਲੈਂਦੇ ਸੀ ਕਰੋੜਾਂ ਰੁਪਈਆ ਦੀ ਸਰਦਾਰ ਸਾਹਿਬ ਇੱਕ ਦਿਨ ਦੀ ਲੁੱਟ ਹੁੰਦੀ ਰਹੀ ਹੈ ਤੁਸੀਂ ਸੁਗਵੀਰ ਸਿਆ ਕਿੱਥੇ ਫਿਰਦੇ ਆ ਇਹ ਤੁਸੀਂ ਪੰਜਾਬ ਅਜ ਲਖਣਾ ਤੇ ਚਿਣਿਆ ਪਿਆ ਤੁਹਾਨੂੰ ਲੱਗਦਾ ਕਿਉਂ ਪਾ ਕੇ ਉੱਠ ਖੜੂਗਾ ਕਦੇ ਨਹੀਂ ਉੱਠ ਸਕਦਾ ਦਰਅਸਲ ਇੱਕ ਸੈਨੋਂ ਵਾਲੇ ਰਹਿ ਗਏ ਆ ਉਹ ਬੁੜੇ ਦੇ ਕਿ ਹਾਂ ਪੰਜਾਬ ਤੁਹਾਡੇ ਨਾਂ ਕਰ ਦਿੱਗੇ ਪਰ ਨਹੀਂ ਹੁਣ ਉਹ ਪੰਜਾਬ ਲੱਕੜਾਂ ਤੇ ਪਿਆ ਅੱਗ ਲਾਉਣੀ ਲਾ ਦੇ ਪਰ ਉੱਠਣਾ ਨਹੀਂ ਅੱਗ ਲਾਉਣੀ ਲਾ ਦੇ ਪਰ ਪੰਜਾਬ ਨੇ ਹੁਣ ਤੈਨੂੰ ਚੋਣਾ ਨਹੀਂ ਯਾਦ ਰੱਖ ਸਖਬੀਰ ਸਿੰਘ ਆ ਤੇਰੇ ਹਲਕੇ ਦੇ ਵਿੱਚ ਖੜਾ ਮੈਂ ਤੇਰੇ ਬਰੋਬਰ ਐਮਐਲਏ ਦੀ ਚੋਣ ਲੜੀ ਤੇ ਸਖਬੀਰ ਸਿੰਘ ਤੁਹਾਨੂੰ ਯਾਦ ਨਾ ਇਸੇ ਹਲਕਾ ਜਲਾਲਾਬਾਦ ਦੇ ਵਿੱਚ ਇੱਥੇ ਰੋਂਦਾ ਫਿਰਦੇ ਆ ਨਾਲ-ਨਾਲ ਦੇ ਪਿੰਡ ਮੇਰੇ ਸਕੂਲ ਕਿੰਵੀਂ ਤੱਕ ਦੇ ਆ ਪੰਜਵੀਂ ਤੱਕ ਦੇ ਸਕੂਲ ਕਿੰਵੀਂ ਤੱਕ ਦੇ ਅੱਠਵੀਂ ਤੱਕ ਦੇ ਤੇ ਤੁਹਾਡੇ ਲੀਡਰਾਂ ਨੇ 12ਵੀਂ 10ਵੀਂ ਤੱਕ ਦਾ ਸਕੂਲ ਨਹੀਂ ਹੋਣ ਦਿੱਤਾ ਤੁਹਾਡੇ ਲੀਡਰਾਂ ਨੇ ਤਾਂ ਹਰੇ ਤੁਸੀਂ ਤਾਂ ਤੁਹਾਨੂੰ ਲੋਕਾਂ ਨੇ ਕਿਹਾ ਚਲੋ ਚੱਕੋ ਪਰੇ ਜੇ ਅਸੀਂ ਇੱਥੇ ਸਾਡੇ ਬੱਚੇ ਜੇ ਉਹਨਾਂ ਦਾ ਭੁੱਖ ਖਰਾਬ ਹੋਊਗਾ ਤਾਂ ਫਿਰ ਚੱਲਣ ਦੇ ਇੱਕ ਗਾਣਾ ਸੁਣਿਆ ਸੀ ਰਾਤ ਨੂੰ ਉਹ ਗਾਣਾ ਕਿਹੜਾ ਸੀਗਾ ਕਹਿੰਦਾ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ ਅੱਗੇ ਇੱਥੇ ਸਭ ਦੀ ਕੋਈ ਨਾ ਕੋਈ ਮਜਬੂਰੀ ਹੈ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਸੁਖਬੀਰ ਸਿੰਘ ਜਿਹੜੀ ਇੱਥੋਂ ਸਾਡੀ ਜਵਾਨੀ ਤੂੰ ਬਾਹਰ ਕੱਢ ਕੇ ਸਿਰਤੀ ਅਸੀਂ ਤੈਨੂੰ ਭੁੱਲ ਜਾਾਂਗੇ ਯਾਰ ਕਮਾਲ ਦੀਆਂ ਗੱਲਾਂ ਹੋਊ ਸੁਖਬੀਰ ਸਿੰਘ ਤੁਹਾਡੇ ਵੇਲੇਾਂ ਦੇ ਵਿੱਚ ਵੀ ਜੇ ਲੱਗਣ ਲੱਗੇ ਆ ਇੱਕ ਪਾਸੇ ਕਹਿੰਨੇ ਆ ਕਿ ਇੱਥੇ ਨੌਜਵਾਨੀ ਬਾਹਰ ਚੱਲੀ ਤੁਹਾਡੀ ਵਾਈਫ ਬਿਆਹ ਦਿੰਦੇ ਹੁੰਦੇ ਸੀ ਇੱਕ ਵਸ ਜਿੰਨੇ ਵੀਜੇ ਲਵਾਉਂਦੇ ਉਹਨਾਂ ਨਾਲ ਤੁਰਸੀ ਬੈੰਦੇ ਉੱਠਦੇ ਹੁੰਦੇ ਸੀ ਕੀ ਕੱਲਾ ਕਰਦੇ ਐ ਇੱਥੇ ਸਭ ਦੀ ਕੋਈ ਨਾ ਕੋਈ ਸਖਬੀਰ ਸੇ ਮਜਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਜਿਹੜਾ ਵਿਅਕਤੀ ਬਾਹਰ ਗਿਆ ਜਿਹੜੀ ਮਾਂ ਦਾ ਕੱਲਾ ਕੱਲਾ ਪੁੱਤ ਗਿਆ ਸਖਬੀਰ ਸਿਆਂ ਉਹ ਜਾ ਕੇ ਮਾਂ ਨੂੰ ਇਹ ਗਾਣੇ ਦਾ ਦਰਦ ਪੁੱਛ ਜਿਹੜੀ ਭੈਣ ਦਾ ਕੱਲਾ ਕੱਲਾ ਭਰਾ ਗਿਆ ਉਹਨੂੰ ਜਾ ਕੇ ਪੁੱਛ ਇਹ ਕਿਥੇ ਮੈਂ ਹੁਣ ਕਹੂੰਗਾ ਸੁਖਬੀਰ ਸਿੰਘ ਤੁਸੀਂ ਕਤਲ ਕੀਤੇ ਆ ਕਤਲਾਂ ਦੇ ਸਬੂਤ ਦੇਵਾਂਗਾ ਮੈਂ ਕਤਲ ਕੀਤੇ ਹੁਣੇ ਦੱਸੂੰਗਾ ਕਤਲ 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 ਕੀਤੇ ਸੁਖਬੀਰ ਸਿੰਘਾਂ ਕਤਲ ਤੁਹਾਡੀ ਸਰਕਾਰ ਦੇ ਵਿੱਚ ਕਤਲ ਹੋਇਆ ਸੁਣ ਕਤਲ ਕਿੱਥੇ ਹੋਇਆ ਇੱਕ ਨੌਜਵਾਨ ਦੁਬਈ ਦੇ ਵਿੱਚ ਜਿਹੜੇ ਮੈਂ ਵੇਖਿਆ ਸੀ ਵੀਡੀਓ ਆਰਐਮਬੀ ਟੈਲੀਵਿਜ਼ਨ ਤੇ ਤੇ ਉਹ ਰੋਂਦੇ ਫਿਰਦੇ ਸੀ ਕਿ ਸਾਡੇ ਬੱਚੇ ਦਾ ਇੰਨੇ ਸਾਲਾਂ ਬਾਅਦ ਪਤਾ ਲੱਗਿਆ ਤੇ ਮੈਂ ਦੱਸ ਦੇਵਾਂ ਉਹਦੇ ਜ਼ਿੰਮੇਵਾਰ ਵੀ ਤੁਸੀਂ ਆ ਜੇਕਰ ਉਸ ਬੱਚੇ ਕੋਲ ਰੁਜ਼ਗਾਰ ਜਾਂ ਨੌਕਰੀ ਹੁੰਦੀ ਤਾਂ ਉਹਨੇ ਉਧਰ ਨਹੀਂ ਜਾਣਾ ਸੀ ਇੱਥੇ ਅੱਜਕੱਲ ਤਾਂ ਨੌਕਰੀਆਂ ਛੜਛੜ ਭੱਜ ਰਹੇ ਆ ਕਿਉਂਕਿ ਇੱਥੇ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਲੀਡਰਾਂ ਨੂੰ ਭਾਲਦੇ ਆ ਲੋਕ ਕਿ ਉਹ ਲੀਡਰ ਦਾ ਫੋਨ ਆਇਆ ਆ ਕੰਮ ਹੋਊਗਾ ਆ ਕੰਮ ਨਹੀਂ ਹੋਣਾ ਫਿਰ ਕਤਲ ਕਿਵੇਂ ਹੋਇਆ ਜਿੰਨੇ ਵਿਅਕਤੀਆਂ ਨੇ ਤੁਹਾਡੀ ਸਰਕਾਰ ਦੇ ਵਿੱਚ ਆਤਮ ਹੱਤਿਆ ਕੀਤੀ ਆ ਕਾਨੂੰਨ ਦੀ ਨਿਗਾਹ ਦੇ ਵਿੱਚ ਤਾਂ ਆਤਮ ਹੱਤਿਆ ਪਰ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਕਤਲ ਬੋਲਦੇ ਜਿਹੜੇ ਤੁਹਾਡੇ ਸਰਪੈਣੇ ਆ ਜੇ ਕਿਸੇ ਕਿਸਾਨ ਨੇ ਆਤਮ ਹੱਤਿਆ ਕੀਤੀ ਆ ਕਾਨੂੰਨ ਦੀ ਨਿਗਾਹ ਦੇ ਵਿੱਚ ਉਹ ਕੀ ਆ ਇੱਕ ਕੀ ਚੀਜ਼ ਆ ਇਹ ਤਾਂ ਆਤਮ ਹੱਤਿਆ ਪਰ ਉਸ ਦੀ ਨਿਗਾਹ ਦੇ ਵਿੱਚ ਉਹ ਕਹਿੰਦਾ ਹੈ ਪ੍ਰਮਾਤਮਾ ਮੇਰੇ ਚਾਰ ਕੁੜੀਆਂ ਇੱਕ ਮੁੰਡਾ ਸਾਰਿਆਂ ਤੋਂ ਛੋਟਾ ਕਿ ਮੇਰੇ ਪੱਲੇ ਕੱਖ ਨਹੀਂ ਗਾ ਸਰਕਾਰ ਵਿੱਚ ਚਾਹੀਦੀ ਰਹੀ ਤਾਂ ਮੈਨੂੰ ਮਾਫ ਕਰੀ ਹੁਣ ਮੈਂ ਮਰਨ ਲੱਗਿਆ ਉਹ ਪਰਮਾਤਮਾ ਦਵਦਵ ਕਹਿੰਦਾ ਵੀ ਸਰਕਾਰ ਕੀ ਦੀ ਆ ਪਤਾ ਲੱਗਦਾ ਬਾਦਲਾਂ ਦੀ ਉਹਨੇ ਰੱਸਾ ਪਾਇਆ ਲੱਤਾਂ ਝੜਕਦੀਆਂ ਤੇ ਉਹਦੀ ਤਾਂ ਮੌਤ ਹੋ ਗਈ ਕਾਨੂੰਨ ਆਇਆ ਕਹਿੰਦਾ ਜੀ ਇਹ ਤਾਂ ਆਤਮ ਹੱਤਿਆ ਉੱਤੇ ਰੱਬ ਬੈਠਾ ਹੱਸੇ ਕਹਿੰਦਾ ਕੋਈ ਨਹੀਂ ਤੂੰ ਵੀ ਆ ਜੀ ਤਾ ਹੁਣ ਜਿੰਨਾ ਜਿੰਨਾਂ ਨੇ ਕਹੀ ਸੀ ਉਹ ਆਤਮ ਹੱਤਿਆ ਉਹ ਭਾਈ ਕਤਲ ਬੋਲਦਾ ਤੁਹਾਡੇ ਨਾਲ ਜਾ ਕੇ ਭੁਗਤਣਾ ਪੈਣਾ ਯਾਦ ਰੱਖੋ ਜਿਹੜੇ ਬੰਤੇ ਰੱਬ ਨੂੰ ਮੰਨਣ ਵਾਲੇ ਆ ਗੱਲ ਨੂੰ ਸਮਝਣਗੇ ਜਿਹੜੇ ਮਜ਼ਦੂਰਾਂ ਤੇ ਡੰਡੇ ਵਰਿਆ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਦੇ ਛੱਤਾਂ ਡਿੱਗੀਆਂ ਉਹਨਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਇਹੋ ਜੇ ਵੀ ਕਹੂੰਗਾ ਮੈਂ ਮਾਫੀ ਚਾਹੁੰਨਾ ਕਈ ਪਿੰਡਾਂ ਦੇ ਵਿੱਚ ਇਹੋ ਜੇ ਸਰਪੰਚਾ ਜਿਹੜੀਆਂ ਕੋਈ ਵਿਚਾਰੀਆਂ ਵਿਧਵਾ ਔਰਤਾਂ ਉਹਨਾਂ ਦੀ ਸੁਣਵਾਈ ਨਹੀਂ ਕਰਦੇ ਪਹਿਲਾਂ ਉਹਨਾਂ ਨੂੰ ਗੱਲਾਂ ਕੁਝ ਹੋਰ ਕਰਦੇ ਆ ਉਹ ਵੀ ਪੈਸਾ ਤੁਹਾਡੀ ਸਰਕਾਰ ਦੇ ਵਿੱਚ ਗੱਲਾਂ ਹੁੰਦੀਆਂ ਰਹੀਆਂ ਉਹ ਵੀ ਜਿਹੜੇ ਕਰੋ ਸਰਪੰਚ ਤੇ ਤੁਹਾਡੇ ਲੀਡਰ ਤੇ ਸੁਖਵੀਰ ਸਿੰਘ ਸਿਰ ਤੁਹਾਡੇ ਵੀ ਪੈਣੀ ਉਹ ਚੀਜ਼ਾਂ ਕਿ ਭੁਗਤ ਨਹੀਂ ਪੈਣੀ ਉੱਥੇ ਭਰਾ ਯਾਦ ਰੱਖੀ ਗੱਲ ਜੇ ਰੱਬ ਨੂੰ ਮੰਨਣ ਵਾਲੇ ਤਾਂ ਤੁਸੀਂ ਪੰਥ ਦਾ ਕੀ ਸਵਾਰਤਾ ਪਹਿਲਾਂ ਤੁਸੀਂ ਦੱਸੋ ਮੈਨੂੰ ਜਵਾਬ ਦਿਓ ਬੀਬਾ ਜਗੀਰ ਕੌਰ ਖਾਲਸਾ ਜੀ ਕੀ ਸਵਾਰਿਆ ਪੰਥ ਦਾ ਕੀ ਤੁਸੀਂ ਸਿੱਖਾਂ ਦੇ ਬੱਚਿਆਂ ਨੂੰ ਕੀ ਜੱਜ ਲਾਤਾ ਇਹ ਸਿੱਖਾਂ ਦੇ ਬੱਚਾ ਨੂੰ ਤੁਸੀਂ ਕੀ ਕਰਤਾ ਸਿੱਖਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਿੰਦੂਆਂ ਨੇ ਤੁਹਾਨੂੰ ਵੋਟਾਂ ਪਾਈਆਂ ਪੰਜਾਬ ਦੇ ਵਿੱਚ ਤੇਰੇ ਪਿਓ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਸਕੀਰ ਸਿੰਘ ਤੇ ਤੂੰ ਗੱਲਾਂ ਕਿਹੜੀਆਂ ਕਰੇ ਡਿਪਟੀ ਸੀਐਮ ਤੈਨੂੰ ਪੰਜਾਬ ਦੇ ਲੋਕਾਂ ਨੇ ਲਾਇਆ ਉਹ ਡਿਪਟੀ ਸੀਐਮ ਜੇ ਕਰੇ ਇਹ ਕਿਤੇ ਹੋਰ ਹੁੰਦਾ ਤਾਂ ਡਿਪਟੀ ਸੀਐਮ ਦੀ ਗੱਲ ਕਰਦੇ ਆਂ ਤੁਹਾਨੂੰ ਕਿਸੇ ਡਿਪਟੀ ਕਮਿਸ਼ਨਰ ਨਹੀਂ ਲਾਉਣਾ ਸੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇੱਥੇ ਡਿਪਟੀ ਸੀਐਮ ਲਾਇਆ ਉਹ ਡਿਪਟੀ ਸੀਐਮ ਲਾ ਕੇ ਪੰਜਾਬ ਦੇ ਲੋਕਾਂ ਦਾ ਕੀਤਾ ਕੀ ਸੁਖਬੀਰ ਸਿੰਘ ਕੀਤਾ ਕੀ ਕੀਤਾ ਕੱਖ ਨਹੀਂ ਇਹ ਚੀਜ਼ਾਂ ਭੁਗਤਣੀਆਂ ਪੈਣੀਆਂ ਭਰਾ ਯਾਦ ਰੱਖ ਗੱਲ ਹੁਣ ਪੰਜਾਬ ਲੱਕੜਾਂ ਤੇ ਪਿਆ ਉਹਨੂੰ ਅੱਗ ਲਾਉਣੀ ਆ ਤਾਂ ਲਾ ਦੇ ਪਰ ਤੇਰੇ ਹੱਥ ਕੁਝ ਨਹੀਂ ਆਉਣਾ ਸੁਖਬੀਰ ਸਿੰਘਾ ਹੋਣਾ ਕੁਝ ਨਹੀਂ ਆਉਣਾ ਯਾਦ ਰੱਖ ਤੇਰੇ ਬੱਚੇ ਪੜ੍ਹੇ ਬਾਹਰ ਨਹੀਂ ਆ ਕੇ ਇੱਥੇ ਘਰ ਜਿਹੜੇ ਤਕੜੇ ਕਾਲਜਾਂ ਸਕੂਲਾਂ ਦੇ ਵਿੱਚ ਬਾਹਰ ਘੇਲੋ ਔਰ ਮੈਂ ਕੀ ਕਹਾਂ ਇੱਥੇ ਇੱਥੇ ਲੋਕਾਂ ਦੇ ਬੱਚੇ ਕੀ ਪੜਿਆ ਲੋਕਾਂ ਦੇ ਬੱਚੇ ਪੜਿਆ ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਤੋਂ ਲੈ ਕੇ ਅਕਾਦਮੀ ਤੱਕ ਤੇਰੇ ਬਾਪ ਨੇ ਉਹਨਾਂ ਨੂੰ ਪਾਸ ਕਰਾਇਆ ਅੱਜ ਉਹੀ ਬੱਚੇ ਰੱਖਸ਼ਾ ਚਲਾਉਂਦੇ ਫਿਰਦੇ ਆ ਅੱਜ ਉਹੀ ਬੱਚੇ ਫਰੀਦ ਦੀਆਂ ਵਿਚਾਰੇ ਸਹੂਲਤਾ ਲੈਂਦੇ ਫਿਰਦੇ ਆ ਉਹਨਾਂ ਦਾ ਬੇੜਾ ਕਰ ਕਰਤਾ ਸੁਖਬੀਰ ਸਿੰਘ ਗਰੀਬ ਦੀ ਇੱਥੇ ਕੋਈ ਸੁਣਵਾਈ ਨਹੀਂ ਅੱਜ ਤੁਸੀਂ ਜੇ ਕਹਿੰਦੇ ਦੂਜੀਆਂ ਸਰਕਾਰਾਂ ਤੇ ਤੁਸੀਂ ਤਸ਼ੱਦਦ ਆਉਂਗੇ ਤੁਸੀਂ ਕਹੋਗੇ ਕਿ ਉਹਨਾਂ ਨੇ ਆਹ ਨਹੀਂ ਕੀਤਾ 25 ਸਾਲ ਪੰਜ ਵਾਰੀ ਮੁੱਖ ਮੰਤਰੀ ਰਾ ਕੀ ਕੀਤਾ 10 ਸਾਲ ਲਗਾਤਾਰ ਤੁਹਾਡੀ ਸਰਕਾਰ ਨੇ ਕੀ ਕੀਤਾ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਲੱਗੇ ਤੁਸੀਂ ਵਿਖਾ ਮੈਨੂੰ ਕਿਹੜੇ ਸਿੱਖਾਂ ਦੇ ਪੁੱਤ ਜੱਜ ਲੱਗੇ ਆ ਵਿਖਾ ਮੈਨੂੰ ਕਿਹੜੇ ਗਰੀਬਾਂ ਦੇ ਪੁੱਤ ਇੰਸਪੈਕਟਰ ਲੱਗੇ ਆ ਤੁਹਾਡੀ ਸਰਕਾਰ ਚ ਜੇ ਕਰਨ ਲੱਗੇ ਤਾਂ ਤੁਹਾਡੇ ਲੀਡਰਾਂ ਦੇ ਬੱਚੇ ਲੱਗੇ ਆ ਕਿਸੇ ਹੋਰ ਦੇ ਨਹੀਂ ਲੱਗੇ ਅੱਜ ਵੀ ਬੱਜਗੀਰ ਖਾਲਸਾ ਕਹਿੰਦੇ ਆ ਕਿ ਸੱਜਣਾਂ ਨੇ ਫੁੱਲ ਮਾਰਿਆ ਮੇਰੀ ਰੂਹ ਹੰਮਰਾਹ ਤੱਕ ਰੋਈ ਕੋਈ ਰੋਈ ਰੋਈ ਨਹੀਂ ਅੱਜ ਸੱਜਣਾ ਨੇ ਫੁੱਲ ਮਾਰਿਆ ਬੀਬਾ ਜੀ ਰੂਹ ਅੰਮ੍ਰਾਂ ਤੱਕ ਰੋਈ ਔਰ ਉਤਾں ਰੋਈ ਕਿਉਂ ਕੁਰਸੀ ਤੇ ਤੁਸੀਂ ਬਹਿਣਾ ਸੀ ਯਾਦ ਰੱਖੋ ਫੇਰ ਤੋਂ ਯਾਦ ਰੱਖ ਲਈ ਸੁਖਬੀਰ ਸਿਆ ਮੈਨੂੰ ਨਹੀਂ ਲੱਗਦਾ ਹਾਂ ਤੇਰੇ ਹੱਥ ਕੁਝ ਹੋਗਾ ਸਚਾਈ ਆ ਯਾਦ ਰੱਖ ਲੋ ਗੱਲ ਪੰਜਾਬ ਦਾ ਬੇੜਾ ਘਰ ਕੇ ਕੀਤਾ ਮਨ ਨਾ ਪਹਿਣਾ ਮੈਂ ਅੱਜ ਵੀ ਕਹਿੰਦਾ ਸੁਖਬੀਰ ਸਾਹਿਬ ਖੁੱਲੇ ਅਤੇ ਖੁੱਲੇ ਚੈਲੰਜ ਦੇ ਵਿੱਚ ਕਹਿ ਰਿਹਾ ਮੈਂ ਚੈਲੰਜ ਮਤਲਬ ਆ ਖੁੱਲੇ ਸਾਰੇ ਲੋਕ ਸੁਣਨਗੇ ਸਿਹਤ ਸਿੱਖਿਆ ਰੁਜ਼ਗਾਰ ਫ੍ਰੀ ਕਰ ਦਿਓ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਕਰਾ ਦਿਓ ਫਿਰੋਜ਼ਪੁਰ ਦੇ ਵਿੱਚ ਤਾਂ ਤੁਸੀਂ ਐਮਪੀ ਹੈਗੇ ਕਿ ਨਹੀਂ ਹੈਗੇ ਪਾਲਾ ਭਾਜਪੀ ਨਾਲ ਸਮਝੌਤਾ ਕਰ ਲਓ ਨੋਟ ਰੱਖ ਲੋ ਗੱਲ ਸਿਹਤ ਸਿੱਖਿਆ ਰੁਜ਼ਗਾਰ ਕਿੰਨੇ ਚੀਜ਼ਾਂ ਫਿਰੋਜ਼ਪੁਰ ਦੇ ਵਿੱਚ ਮੁਕੰਮਲ ਕਰ ਦਿਓ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਇੱਕ ਸਤੀਰ ਵਾਲੇ ਪਿੰਡ ਦੇ ਰੋਲਾ ਪਾਈ ਜਾਂਦੇ ਕਿੰਨੇ ਚਿਰ ਦਾ ਸਾਡਾ ਸਕੂਲ ਕਰੋ ਆ ਟਾਲੀ ਵਾਲਾ ਜੱਟਾ ਇੱਥੋਂ ਦੇ ਲੋਕਾਂ ਨੇ ਮੈਨੂੰ ਬੜੇ ਆਦੀ ਕਹਿ ਸਾਡਾ ਸਕੂਲ ਅਠਵੀਂ ਤੱਕ ਆ ਕਟਿਆ ਵਾਲੀ ਉੱਥੋਂ ਮੈਨੂੰ ਬੜੇ ਲੋਕਾਂ ਨੇ ਕਿਹਾ ਉਹਨਾਂ ਦੇ ਬੱਚੇ ਦੂਰ ਦੂਰ ਚੱਲ ਕੇ ਸਕੂਲੇ ਪੜਨ ਜਾਂਦੇ ਆ ਤੇ ਭਾਈ ਸਾਹਿਬ ਉਹਨਾਂ ਨੇ ਮੈਨੂੰ ਬੜੇ ਆਦੀ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਕਹੂੰਗਾ ਕਿਸ ਦਿਨ ਤੁਸੀਂ ਸੇਤ ਸਿੱਖਿਆ ਰੋਜ਼ਗਾਰ ਚਾਹੇ ਉਹ ਹਿੰਦੂ ਮੁਸਲਮ ਸਿੱਖ ਐਸਾ ਕੋਈ ਹੋਵੇ ਉਹਨਾਂ ਨੂੰ ਇਹ ਰੋਜ਼ਗਾਰ ਦਿਓ ਫਰੀਦੀਆਂ ਸਹੂਲਤਾਂ ਤੋਂ ਪਰੇ ਕਰ ਦਿਓ ਇੱਕ ਕਰੀ ਉਹਨਾਂ ਦੇ ਘਰ ਦੇ ਵਿੱਚ 40 40 30 30 ਹਜ਼ਾਰ ਦੀ ਨੌਕਰੀ ਕਰੋ ਤੁਹਾਨੂੰ ਪੰਜਾਬ ਚਾਹੂਗਾ ਧਰਮ ਦੇ ਨਾਂ ਤੇ ਵੋਟ ਨਾ ਮੰਗੋ ਜੀ ਤੁਸੀਂ ਜਾਤੀ ਦੇ ਨਾਂ ਤੇ ਵੋਟ ਨਾ ਮੰਗੋ ਜੀ ਯਾਦ ਰੱਖੋ ਜੀ ਇੱਕ ਪਾਸੇ ਸੁਖਬੀਰ ਕਹਿੰਦੇ ਅਸੀਂ ਜਾਤ ਪਾਤ ਨਹੀਂ ਕਿਸੇ ਨਾਲ ਰੱਖੀ ਇੱਕ ਪਾਸੇ ਅਸੀਂ ਕੈਟਾਗਰੀ ਦੇ ਪ੍ਰਧਾਨ ਬਣਾਉਂਦੇ ਫਿਰਦੇ ਆ ਇੱਕ ਪਾਸੇ ਬੀਸੀ ਕੈਟਾਗਰੀ ਦੇ ਪ੍ਰਧਾਨ ਬਣਾਉਂਦੇ ਫਿਰਦੇ ਆ ਇੱਕ ਪਾਸੇ ਜਰਨਲ ਕੈਟਾਗਰੀ ਦੇ ਜ਼ਿਲ੍ਹੇ ਦੇ ਪ੍ਰਧਾਨ ਬਣਾਉਂਦੇ ਫਿਰਦੇ ਆ ਤਾਂ ਫਿਰ ਜਾਤੀ ਕਿੱਧਰ ਗਈ ਜਾਤ ਪਾਤ ਹੈਗੀ ਭਰਾ ਜਾਤ ਪਾਤ ਹੈਗੀ ਆ ਇਹ ਖਤਮ ਕਰੋ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ